ਵਾਰ ਮੁੜ ਤੋਂ ਸੁਰਖੀਆਂ ਚ ਆ ਫਰੀਦਕੋਟ ਦੀ ਮਾਡਰਨ ਕੇਂਦਰੀ ਜੇਲ੍ਹ ਦੱਸਦੀ ਕਿ ਜੇਲ੍ਹ ਦੇ ਵਿੱਚੋਂ 6 ਮੋਬਾਈਲ ਫੋਨ ਤੇ 3 ਚਾਰਜਰ ਤੇ 4 ਹੈੱਡਫੋਨ ਬਰਾਮਦ ਕੀਤੇ ਗਏ ਨੇ ਥਾਣਾ ਕੋਤਵਾਲੀ ਚ ਇੱਕ ਹਵਾਲਾਤੀ ਤੇ ਅਨਪਛਾਤਿਆਂ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਦੱਸਦੀ ਕਿ ਜ਼ਿਲ੍ਹਾ ਦੇ ਅੰਦਰੋਂ ਨੈਟਵਰਕ ਤੇ ਨੈਕਸਸ ਚੱਲਣ ਦਾ ਜਿਹੜਾ ਸਿਲਸਿਲਾ ਜਿੱਥੇ ਉਹ ਨਿਰੰਤਰ ਜਾਰੀ ਆ ਪੁਸ਼ਟੀਆਂ ਦੇ ਦੌਰਾਨ ਕਈ ਅਹਿਮ ਖੁਲਾਸੇ ਹੋ ਰਹੇ ਨੇ ਉੱਥੇ ਹੀ ਜੋ ਮੋਬਾਈਲ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਲਗਾਤਾਰ ਸੋ ਫਰੀਦਕੋਟ ਦੀ ਜਿਹੜੀ ਕੇਂਦਰੀ ਮਾਡਰਨ ਜੇਲ੍ਹ ਹੈ ਉਸ ਦੇ ਵਿੱਚੋਂ 4 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਤਾਂ ਇਸ ਦੇ ਨਾਲ ਹੀ ਸਾਡੇ ਨਾਲ ਸਾਡੇ ਸਹਿਯੋਗੀ ਦੇਵਾਨੰਦ ਫੋਨ ਲਾਈਨ ਤੇ ਮੌਜੂਦ ਨੇ ਦੇਵਾਨੰਦ ਲਗਾਤਾਰ ਜੇਲ੍ਹ ਦੇ ਅੰਦਰੋਂ ਜਿਹੜਾ ਨੈਕਸਸ ਚੱਲ ਰਿਹਾ ਨੈਟਵਰਕ ਚੱਲ ਰਿਹਾ ਹਾਲਾਂਕਿ ਉਸ ਦਾ ਜਿਹੜਾ ਭਾਂਡਾ ਨਹੀਂ ਫੋੜਿਆ ਜਾ ਰਿਹਾ ਲੇਕਿਨ ਮੋਬਾਈਲ ਫੋਨ ਫੜਨ ਦਾ ਜਿਹੜਾ ਸਿਲਸਿਲਾ ਉਹ ਲਗਾਤਾਰ ਜਾਰੀ ਹੈ निकल के सामने अणपछातिआं दे खिलाफ मामला भी दर्ज किया गया कोई होर सख्त कोई कारवाई की गई हो बिल्कुल बहुत सही तरीके ने जांच कर रही है क्योंकि एक हवाला से पता दर्ज किया बाकी जेडे फेंके राही मोबाइल फोन अंदर गए ने अज्ञात व्यक्ति ने पता दर्ज किया तो पुलिस इस करके कुछ व्यक्ति रात को लेकर पूछताछ भी कर रही है ठीक है देवनाथ बहुत बहुत शुक्रिया तमाम जानकारी साझा करने के लिए फरीदकोट की केंद्रीय मॉडर्न जेल चो जो मोबाइल फोन ने बरामद किए गए नाल ही चार्जर ते हेडफोन भी बरामद किए गए सो दस दिए कि लगातार सवालों के घेरे के सूबे भर दिया वक् वक् जेलों उत्थी जेकर फरीदकोट जेल की गलबात की जाए तो फरीदकोट की केंद्रीय मॉडर्न जेल सवालों के घेरे में करती हुई नजर आई है तो मोबाइल चो मोबाइल बरामद किए गए ने जेल चों